ਹਿੱਟ ਐਂਡ ਰਨ ਦੇ ਵਿਰੋਧ ਦੇ ਵਿੱਚ ਹੁਣ ਪੰਜਾਬ ਦੇ ਬੱਸਾਂ ਦੇ ਜਿਹੜੇ ਕੰਡਕਟਰ ਜਾਂ ਡਰਾਈਵਰ ਹੈਗੇ ਨੇ ਉਹਨਾਂ ਨੇ ਇੱਕ ਨਵਾਂ ਤਰੀਕਾ ਲੱਭਿਆ ਵਾ। ਉਹਨਾਂ ਦਾ ਕਹਿਣਾ ਵਾ ਕਿ ਹੁਣ ਬੱਸਾਂ ਦੇ ਵਿੱਚ ਜੇ ਅਗਰ 52 ਸੀਟਾਂ ਤਾਂ 52 ਹੀ ਸਵਾਰੀਆਂ ਬੈਠਣਗੀਆਂ, ਨਾ ਇੱਕ ਵੱਧ ਅਤੇ ਨਾ ਇੱਕ ਘੱਟ। ਇਸ ਨੂੰ ਜਾਣਨ ਵਾਸਤੇ ਸਾਡੇ ਨਾਲ ਮੌਜੂਦ ਹੈਗੇ ਨੇ ਸੂਬਾ ਪ੍ਰਧਾਨ ਅਤੇ ਸੂਬਾ ਸੈਕਟਰੀ, ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਹਾਂ। ਪ੍ਰਧਾਨ ਜੀ, ਤੁਹਾਡਾ ਸਭ ਤੋਂ ਪਹਿਲਾਂ ਨਾਮ ਜਾਣਨਾ ਚਾਹਾਂਗੇ ਔਰ ਇਸ ਚੀਜ਼ ਨੂੰ ਲੈ ਕੇ ਇਹ ਕੀ ਕਿਸ ਤਰੀਕੇ ਦਾ ਵਿਰੋਧ ਹੈ? ਦੇਖੋ ਜੀ, ਮੇਰਾ ਨਾਮ ਰੇਸ਼ਮ ਸਿੰਘ ਗਿੱਲ, ਸੂਬਾ ਪ੍ਰਧਾਨ ਪੰਜਾਬ ਰੋੜੇ ਪਣਬੱਸ PRTC ਕੰਟਰੈਕਟ ਵਰਕਰ ਯੂਨੀਅਨ ਪੰਜਾਬ। ਸੋ ਅਸੀਂ PRTC ਅਤੇ ਪਣਬੱਸ 'ਚ ਜਿਹੜੇ ਕੱਚੇ ਮੁਲਾਜ਼ਮ ਕੰਮ ਕਰਦੇ ਹਾਂ ਉਹਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਸੋ ਰੋਸ ਪ੍ਰਦਰਸ਼ਨ ਦਾ ਕਾਰਨ ਇਹ ਕਿ ਇੱਕ ਤਾਂ ਹਿੱਟ ਐਂਡ ਰਨ ਦੇ ਨਾਂ 'ਤੇ ਜਿਹੜਾ ਕਾਨੂੰਨ ਲਿਆਂਦਾ ਗਿਆ ਉਹਦੇ ਵਿੱਚ ਜੇਕਰ ਡਰਾਈਵਰ ਤੋਂ ਹਾਦਸਾ ਹੋ ਜਾਂਦਾ ਤਾਂ ਡਰਾਈਵਰ ਨੂੰ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਇਆ ਜੁਰਮਾਨੇ ਵਰਗੀਆਂ ਵੱਡੀਆਂ ਕੰਡੀਸ਼ਨਾਂ ਲਗਾ ਦਿੱਤੀਆਂ। ਪਰ ਬੱਸਾਂ ਦੀ ਹਾਲਤ ਜਿਹੜੀ ਖਸਤਾ ਹੈ, ਬੱਸਾਂ ਦੇ ਟਾਇਰ ਮਾੜੇ ਆ, ਜਿਹੜੀ ਬੱਸਾਂ ਦੀ ਹਾਲਤ ਉਹਨੂੰ ਨਹੀਂ ਦੇਖਿਆ ਗਿਆ ਅਤੇ ਬੱਸਾਂ ਵਿੱਚ ਓਵਰਲੋਡ ਸਵਾਰੀਆਂ ਚੜ੍ਹ ਰਹੀਆਂ ਕਿਉਂਕਿ ਬੱਸਾਂ ਦੀ ਘਾਟ ਆ। ਜੇ ਪੰਜਾਬ ਦੀ ਗੱਲ ਹੀ ਕਰੀਏ ਤਾਂ ਪੰਜਾਬ 'ਚ ਘੱਟ ਤੋਂ ਘੱਟ 10,000 ਸਰਕਾਰੀ ਬੱਸ ਹੋਣੀ ਚਾਹੀਦੀ ਆ ਫ੍ਰੀ ਸਫ਼ਰ ਸਹੂਲਤਾਂ ਕਾਰਨ, ਪਰ ਬੱਸਾਂ ਬਹੁਤ ਘੱਟ ਨੇ। ਸਾਡੇ ਕੋਲ ਲਗਭਗ 3500 ਦੇ ਕਰੀਬ ਬੱਸਾਂ ਨੇ PRTC ਅਤੇ ਪਣਬੱਸ ਦੋਨਾਂ ਅਦਾਰਿਆਂ ਦੇ ਵਿੱਚ ਪਾ ਕੇ ਰੋਡਵੇਜ਼ ਦੀ ਗਿਣਤੀ ਕਰ ਲਈਏ ਤੇ। ਸੋ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਓਵਰਲੋਡਿੰਗ ਨਹੀਂ ਕਰਾਂਗੇ ਜਿਹਦੀ ਵਜ੍ਹਾ ਨਾਲ ਐਕਸੀਡੈਂਟ ਜਾਂ ਹਾਦਸੇ ਹੋ ਰਹੇ ਆ। ਸੋ ਦੂਸਰੀ ਗੱਲ ਹੈ ਕਿ ਪੰਜਾਬ ਸਰਕਾਰ ਪ੍ਰਤੀ ਵੀ ਸਾਡੇ ਕਾਫੀ ਰੋਸ ਨੇ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਨਿਰੰਤਰ ਸਾਡੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਪ੍ਰਵਾਨ ਨਹੀਂ ਕਰ ਰਹੀ, ਚਾਹੇ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਚਾਹੇ ਇਹਨਾਂ ਅਦਾਰਿਆਂ ਦੇ ਵਿੱਚ ਨਵੀਆਂ ਬੱਸਾਂ ਪਾਉਣ ਦੀ ਗੱਲ ਅਸੀਂ ਕਰਦੇ ਹਾਂ, ਚਾਹੇ ਇਹਨਾਂ ਅਦਾਰਿਆਂ ਦੇ ਵਿੱਚ ਜਿਹੜੇ ਮੁਲਾਜ਼ਮ ਕੱਢੇ ਗਏ ਆ ਉਹਨਾਂ ਨੂੰ ਬਹਾਲ ਕਰਨ ਦੀ ਗੱਲ ਕਰਦੇ ਹਾਂ। ਸਟਾਫ ਦੀ ਘਾਟ ਖੁਣੋ ਪਿਛਲੇ ਦਿਨੀ 568 ਬੱਸਾਂ ਇਕੱਲੇ ਸਟਾਫ ਦੀ ਘਾਟ ਖੁਣੋ ਖੜੀਆਂ ਰਹੀਆਂ ਪੰਜਾਬ ਰੋਡਵੇ ਪਣਬੱਸ ਦੀਆਂ, ਪਰ ਉਹਨਾਂ ਬੱਸਾਂ ਨੂੰ ਚਲਾਉਣ ਲਈ ਸਟਾਫ ਦੀ ਪੂਰਤੀ ਨਹੀਂ ਕੀਤੀ ਗਈ ਜਿਨ੍ਹਾਂ ਨਾਲ ਲੋਕ ਖੱਜਲ ਹੁੰਦੇ ਰਹੇ। ਉਦੋਂ ਲੋਕ ਖੱਜਲ ਹੁੰਦੇ ਰਹੇ, ਉਦੋਂ ਸਰਕਾਰ ਜਾਂ ਕਹਿ ਸਕਦੇ ਅਸੀਂ ਵੀ ਲੋਕ ਜਿਹੜੇ ਨੇ ਉਹਨਾਂ ਨੇ ਆਵਾਜ਼ ਨਹੀਂ ਚੁੱਕੀ। ਅੱਜ ਜਦੋਂ ਅਸੀਂ 52 ਸਵਾਰੀਆਂ ਕੀਤੀਆਂ ਤਾਂ ਅੱਜ ਕਾਫੀ ਰੌਲਾ ਪੈ ਰਿਹਾ। ਸੋ ਅਸੀਂ ਤਾਂ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਬੱਸਾਂ ਘੱਟ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਮੁਲਾਜ਼ਮ ਨੇ ਉਹ ਓਵਰਲੋਡਿੰਗ ਬੱਸਾਂ ਕਰਕੇ ਜਾਂ ਆਪਣੀ ਜਾਨ 'ਤੇ ਖਤਰਾ ਪਾ ਕੇ, ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਉਹਨਾਂ ਲੋਕਾਂ ਨੂੰ ਢੋ ਰਹੇ ਨੇ, ਸਫ਼ਰ ਕਰਾ ਰਹੇ ਨੇ ਉਹਨਾਂ ਲੋਕਾਂ ਨੂੰ, ਕਿਉਂਕਿ ਉਹ ਲੋਕ ਸਾਡੇ ਪੰਜਾਬ ਦੇ ਨੇ। ਸੋ ਅਸੀਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ, ਜਿਵੇਂ ਸਾਡੇ ਟਰਾਂਸਪੋਰਟ ਮੰਤਰੀ ਦੇ ਬਿਆਨ ਵੀ ਆਏ ਨੇ ਕਿ ਓਵਰਲੋਡਿੰਗ ਬੰਦ ਹੋਣੀ ਚਾਹੀਦੀ ਆ, ਇਹਨਾਂ ਦੇ ਚਲਾਨ ਹੋਣੇ ਚਾਹੀਦੇ ਆ। ਜੇਕਰ ਕੱਲ੍ਹ ਨੂੰ ਚਲਾਨ ਹੁੰਦਾ ਤਾਂ ਉਹ ਡਰਾਈਵਰ ਜਾਂ ਕੰਡਕਟਰ ਭਰੇਗਾ, ਨਾ ਕਿ ਟਰਾਂਸਪੋਰਟ ਮੰਤਰੀ ਨੇ ਭਰਨਾ ਜਾਂ ਸਾਡੇ ਅਦਾਰੇ 'ਤੇ ਕਿਸੇ ਆਲਾ ਅਧਿਕਾਰੀ ਨੇ ਭਰਨਾ। ਸੋ ਇਸ ਕਰਕੇ ਅਸੀਂ ਚਾਹੁੰਦੇ ਵੀ ਅਸੀਂ ਕਾਨੂੰਨ ਦੀ ਪਾਲਣਾ ਵੀ ਕਰੀਏ ਅਤੇ ਜਿਹੜੇ ਕਾਨੂੰਨ ਸਾਡੇ ਉੱਤੇ ਥੋਪੇ ਜਾ ਰਹੇ ਉਹਨਾਂ ਦਾ ਵਿਰੋਧ ਵੀ ਕਰੀਏ। ਬਿਲਕੁਲ, ਕਾਨੂੰਨ ਦੀ ਪਾਲਣਾ ਵੀ ਕੀਤੀ ਜਾਵੇ ਔਰ ਉਸਦਾ ਵਿਰੋਧ ਵੀ। ਮੇਰੇ ਨਾਲ ਸੈਕਟਰੀ ਵੀ ਮੌਜੂਦ ਨੇ, ਉਹਨਾਂ ਨਾਲ ਵੀ ਇਸੇ ਗੱਲ ਕਰਨੇ। ਸਰ, ਆਹ ਵਿਰੋਧ ਹੈ ਜਾਂ ਕਾਨੂੰਨ ਦੀ ਪਾਲਣਾ? ਬਿਲਕੁਲ, ਇਹ ਦੋਨੇ ਚੀਜ਼ਾਂ ਹੀ ਆ। ਜਿਵੇਂ ਕਾਨੂੰਨ ਦੀ ਪਾਲਣਾ, ਸਰਕਾਰ ਦਾ ਕਾਨੂੰਨ ਆ ਕਿ ਬਸ ਜਿੰਨੀ ਸੀਟਡ ਪਾਸ ਹੁੰਦੀ ਆ ਉਨੀਆਂ ਸਵਾਰੀਆਂ ਬਿਠਾਈਆਂ ਜਾਣ, ਕਿਉਂਕਿ ਪ੍ਰਾਈਵੇਟ ਦੇ ਅਕਸਰ ਹੀ ਚਲਾਨ ਕੀਤੇ ਸਰਕਾਰ ਨੇ ਅਤੇ ਸਾਡੀਆਂ ਜਿਹੜੀਆਂ ਸਰਕਾਰੀ ਬੱਸਾਂ ਉਹਨਾਂ ਦੀ ਵੀ ਆਊਟ ਆਫ ਸਟੇਟ ਚਲਾਨ ਹੋ ਰਹੇ ਆ। ਦੂਜਾ ਜਿਹੜਾ ਵਿਰੋਧ ਆ ਉਹ ਇਹ ਆ ਕਿ ਸਾਡੇ 'ਤੇ ਕੰਡੀਸ਼ਨਾਂ ਲਾਈਆਂ ਜਾ ਰਹੀਆਂ, ਅਸੀਂ ਵਿਭਾਗ ਨੂੰ ਮੁਨਾਫੇ ਦੇ ਵਿੱਚ ਲਿਆਉਣ ਲਈ ਸਵਾਰੀਆਂ ਵੀ ਵੱਧ ਬਿਠਾਉਂਦੇ ਹਾਂ ਕਿਉਂਕਿ ਸਾਡੇ ਵਿਭਾਗ ਨੂੰ ਆਮਦਨ ਆਵੇ ਜਿਹਦੇ ਨਾਲ ਖਜ਼ਾਨਾ ਭਰੇ, ਅਤੇ ਦੂਜੇ ਪਾਸੇ ਡਰਾਈਵਰ ਵੀ ਰਿਸਕ ਲੈਂਦਾ। ਪਰ ਜਿਹੜੇ ਸਾਡੇ 'ਤੇ ਕਾਨੂੰਨ ਥੋਪੇ ਗਏ ਆ, ਜਿਵੇਂ ਡਰਾਈਵਰ 'ਤੇ ਦੱਸਿਆ ਹਿੱਟ ਐਂਡ ਰਨ ਦਾ, ਅਤੇ ਦੂਜੇ ਪਾਸੇ ਕੰਡਕਟਰਾਂ ਦੇ ਕੰਡੀਸ਼ਨਾਂ ਲਾਈਆਂ ਗਈਆਂ, ਜੇਕਰ ਉਹਦੇ 'ਚ ਵੱਧ ਸਵਾਰੀਆਂ 'ਤੇ ਕੋਈ ਸਵਾਰੀ ਮਿਸਿੰਗ ਰਹਿ ਜਾਂਦੀ ਆ ਤਾਂ ਉਹਦੀ ਰਿਪੋਰਟ ਕਰਕੇ ਉਹਨੂੰ ਘਰ ਨੂੰ ਤੋਰ ਦਿੱਤਾ ਜਾਂਦਾ। ਸੋ ਅਸੀਂ ਚਾਹੁੰਦੇ ਹਾਂ ਵੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਰਾਹਤ ਦਿੱਤੀ ਜਾਵੇ ਜਿੱਥੇ ਕੋਈ ਥੋੜ੍ਹਾ ਬੜਾ ਫਰਕ ਚੱਲ ਜਾਂਦਾ। ਪਰ ਜੇਕਰ ਸਰਕਾਰ ਨੇ ਇਵੇਂ ਦੇ ਮਾੜੇ ਕਾਨੂੰਨ ਮੁਲਾਜ਼ਮਾਂ ਦੇ ਉੱਤੇ ਥੋਪੇ ਗਏ, ਫਿਰ ਕਾਨੂੰਨ ਦੀ ਪਾਲਣਾ ਸਾਨੂੰ ਵੀ ਕਰਨੀ। ਨਹੀਂ, ਪਰ ਇੱਕ ਚੀਜ਼ ਹੈ, ਠੀਕ ਹੈ ਤੁਸੀਂ ਕਾਨੂੰਨ ਦੀ ਪਾਲਣਾ ਕਰ ਰਹੇ ਹੋ, ਪਰ ਦੂਜੇ ਪਾਸੇ ਜੇਕਰ ਸੜਕ ਦੇ ਰਸਤੇ ਦੇ ਵਿੱਚ ਕਿਤੇ ਤੁਹਾਨੂੰ ਕੋਈ ਸਵਾਰੀ ਮਿਲ ਜਾਂਦੀ ਹੈ, ਇੱਕ ਪਰਿਵਾਰ ਦੇ 4 ਜੀਅ ਮਿਲ ਜਾਂਦੇ ਔਰ ਬੱਸ ਦੇ ਵਿੱਚ ਸੀਟਾਂ ਹੀ 2 ਹੋਣ, ਤਾਂ ਉਸ ਲਈ ਕੀ ਕਰੋਗੇ? ਬਿਲਕੁਲ, ਅਸੀਂ ਲੋਕਾਂ ਨਾਲ ਸਾਡਾ ਵਿਰੋਧ ਨਹੀਂ ਗਾ, ਲੋਕਾਂ ਨੂੰ ਅਸੀਂ ਮੈਸੇਜ ਲੈ ਕੇ ਜਾ ਰਹੇ ਹਾਂ ਕਿਉਂਕਿ ਲੋੜ ਆ ਇੱਥੇ ਬੱਸਾਂ ਦੀ।
ਜੇਕਰ ਇਸ ਪੰਜਾਬ ਦੇ ਵਿੱਚ ਜਿੰਨੀ ਆਬਾਦੀ ਆ ਘੱਟੋ ਘੱਟ 10,000 ਸਰਕਾਰੀ ਬੱਸ ਚਾਹੀਦੀ ਆ। ਸਰਕਾਰ ਨੇ ਔਰਤਾਂ ਨੂੰ ਫ੍ਰੀ ਸਫ਼ਰ ਸਹੂਲਤ ਦਿੱਤੀ ਆ, ਬੱਚਿਆਂ ਨੂੰ ਦਿੱਤੀ ਆ, ਹੋਰ 17-18 ਕੈਟਾਗਰੀਆਂ ਨੇ ਫ੍ਰੀ ਸਫ਼ਰ ਸਹੂਲਤ ਲੈ ਰਹੀਆਂ ਨੇ, ਉਹ ਬੱਸਾਂ ਦੀ ਉਹਨਾਂ ਨੂੰ ਲੋੜ ਆ। ਪਰ ਅੱਜ ਹਾਲਾਤ ਇਹ ਨੇ ਕਿ ਜਿੱਥੇ ਪਿੰਡ 'ਚੋਂ 2 ਟਾਈਮ ਚੱਲਣੇ ਉੱਥੇ 1 ਚੱਲਣ ਦਿਆ ਸਵੇਰੇ, ਅਤੇ ਉਹ ਆਟੋਮੈਟਿਕ 2 ਬੱਸਾਂ ਦੀਆਂ ਸਵਾਰੀਆਂ ਜਿਹੜੀਆਂ 1 'ਚ ਆਉਣੀਆਂ, ਅਤੇ ਲੋਕਾਂ ਨੂੰ ਵੀ ਮੁਸ਼ਕਲ ਹੁੰਦੀਆਂ। ਜਿੱਥੇ ਡਰਾਈਵਰ ਕੰਡਕਟਰ ਦਾ ਨੁਕਸਾਨ ਆ, ਉੱਥੇ ਕੋਈ ਸਵਾਰੀ ਦੀ ਡਿੱਗ ਜੇ ਅਤੇ ਉਹਨੂੰ ਵੀ ਹਾਦਸਾ ਹੁੰਦਾ ਡਰ ਆ। ਡਾਕਟਰ ਸਾਹਿਬ, ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਰਸਤੇ ਦੇ ਵਿੱਚ ਅਗਰ 1 ਪਰਿਵਾਰ ਦੇ 4 ਲੋਕ ਮਿਲ ਜਾਂਦੇ ਹੈ ਔਰ 2 ਸੀਟਾਂ ਤੁਹਾਡੇ ਕੋਲ ਖਾਲੀ ਹੈ, ਤਾਂ ਤੁਸੀਂ ਉਹਨਾਂ ਨੂੰ ਚੜਾਉਂਗੇ ਜਾਂ ਉਹਨਾਂ ਦੇ 2 ਪਰਿਵਾਰ ਦੇ ਲੋਕਾਂ ਨੂੰ ਛੱਡ ਕੇ ਚਲੇ ਜਾਓਗੇ? ਬਿਲਕੁਲ, ਸਾਡਾ ਉਹਨਾਂ ਨਾਲ ਵਿਰੋਧ ਨਹੀਂ ਗਾ, ਅਸੀਂ ਉਹਨੂੰ ਐਡਜਸਟਮੈਂਟ ਕਰਾਂਗੇ, ਐਡੀ ਕੋਈ ਗੱਲ ਨਹੀਂ ਗੀ। ਜੇਕਰ ਬੱਸ ਰੂਟ 'ਤੇ ਚੱਲੀ ਆ, ਜੇ ਕਿਤੇ 4 ਉਤਰਨੀਆਂ 2 ਚੜ੍ਹਨੀਆਂ, ਕਿਤੇ 2 ਉਤਰਨੀਆਂ, ਉਹੋ ਜਿਹੀ 2-4 ਸਵਾਰੀਆਂ ਦੀ ਸੈਟਿੰਗ ਹੋ ਜਾਂਦੀ, ਕੋਈ ਐਡੀ ਗੱਲ ਨਹੀਂ ਗੀ। ਉਹਨਾਂ ਨੂੰ ਲੈ ਕੇ ਜਾਵਾਂਗੇ ਅਸੀਂ, ਪਰ ਵਿਰੋਧ ਜਾਰੀ ਰਹੂਗਾ। ਵਿਰੋਧ ਜਾਰੀ, ਬਿਲਕੁਲ। ਇਹ ਅਨੋਖੇ ਤਰੀਕੇ ਦਾ ਇੱਕ ਵਿਰੋਧ ਹੈ ਜਿਸ ਦੇ ਵਿੱਚ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ ਔਰ ਉਸ ਤਰੀਕੇ ਨਾਲ ਪਾਲਣਾ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਸਰਕਾਰ ਹਮੇਸ਼ਾ ਹਦਾਇਤਾਂ ਜਾਰੀ ਕਰਦੀ ਹੈ ਔਰ ਬੱਸ ਡਰਾਈਵਰ ਅਤੇ ਕੰਡਕਟਰਾਂ ਨੂੰ ਕਹਿੰਦੀ ਹੈ, ਪਰ ਉਹ ਹੁਣ ਵਿਰੋਧ ਦੇ ਰੂਪ ਦੇ ਵਿੱਚ ਉਸ ਦੀ ਪਾਲਣਾ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਬੱਸ ਸਟੈਂਡ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸਰਕਾਰੀ ਬੱਸਾਂ ਦੇ ਵਿੱਚ ਹੁਣ ਨਵੇਂ ਤਰੀਕੇ ਦਾ ਵਿਰੋਧ ਅਤੇ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 52 ਸੀਟਾਂ ਮੈਂ ਅਤੇ 52 ਹੀ ਲੋਕ ਬਿਠਾਏ ਜਾਣਗੇ, ਅਤੇ ਇਸ ਦੇ ਨਾਲ ਲੋਕਾਂ ਨੂੰ ਜੇ ਅਗਰ ਕੋਈ ਖੱਜਲ ਖੇ ਹੁੰਦੇ ਨੇ ਤਾਂ ਉਸ ਦਾ ਜ਼ਿੰਮੇਵਾਰ ਸਰਕਾਰਾਂ ਨੇ। ਰੋਹਿਤ ਗੌੜ, ਨਿਊਜ਼ 18।